ਜਲੰਧਰ ਦੇ ਓਲਡ ਮੰਡੀ ਰੋਡ ਤੇ ਰਿਹਾਇਸ਼ੀ ਇਲਾਕੇ ਦੇ ਵਿੱਚ ਕੋਹਲੀ ਗਲੋਸਾਈਨ ਦੇ ਗੋਦਾਮ ਦੀ ਤੀਸਰੀ ਮੰਜ਼ਿਲ ਤੇ ਅਚਾਨਕ ਅੱਗ ਲੱਗ ਗਈ। ਦੱਸ ਦਈਏ ਕਿ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ। ਮੌਕੇ ਤੇ ਦਮਕਲ ਵਿਭਾਗ ਦੀਆਂ 3 ਗੱਡੀਆਂ ਨੇ ਪੁੱਜ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ। ਉੱਥੇ ਸੂਚਨਾ ਮਿਲਦੀ ACP ਬਲਵਿੰਦਰ ਇਕਬਾਲ ਸਿੰਘ ਕਾਲੂ ਅਤੇ ਥਾਣਾ ਡਿਵੀਜ਼ਨ ਨੰਬਰ 3 ਦੇ ਮੁਖੀ ਨਵਦੀਪ ਸਿੰਘ ਭਾਰੀ ਪੁਲਿਸ ਫੋਰਸ ਅਤੇ ਦਮਕਲ ਵਿਭਾਗ ਦੀ ਟੀਮ ਦੇ ਨਾਲ ਪੁੱਜੇ। ਗਨੀਮਤ ਇਹ ਰਹੀ ਕਿ ਇਸ ਅੱਗ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਗੋਦਾਮ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਸ਼ਕਤੀ ਕੋਲੀ ਕਾਹਦੀ ਫੈਕਟਰੀ, ਕਾਹਦਾ ਗੋਦਾਮ? ਕਾਹਦਾ ਇਹ ਗੋਦਾਮ? ਆਪਣੇ ਮੁੰਡੇ ਰਹਿੰਦੇ ਇੱਥੇ ਨਾਲ ਲੇਬਰ ਦੇ, ਠੀਕ ਹੈ ਨਾ? ਉਹ ਰਹਿੰਦੇ ਉੱਪਰ, ਉਹਨਾਂ ਦਾ ਸਮਾਨ ਸਮੂਨ ਵੀ ਪਿਆ ਥੋੜ੍ਹਾ ਜਿਹਾ, ਨਾਈਟ ਉਹ ਸਟੇਅ ਕਰਦੇ ਇੱਥੇ ਕਈ। ਕਾਹਦਾ ਸਮਾਨ ਪਿਆ? ਗੱਦੇ ਗੁੱਦੇ ਪਏ ਉਹਨਾਂ ਦੇ ਨਾਲ, ਦੋ ਚਾਰ ਹੋਣੇ, ਚਾਰ ਗੱਦੇ ਤਾਂ ਹੋਣੇ ਹੀ ਆ। ਗੱਦਿਆਂ ਦੀ ਅੱਗ ਇੰਨੀ ਜ਼ਿਆਦਾ ਨਹੀਂ? ਨਹੀਂ, ਉਹਨਾਂ ਇੰਨੀ ਜ਼ਿਆਦਾ ਨਹੀਂ, ਉਹ ਸਾਈਡ 'ਤੇ ਜਿੱਦਾਂ ਲੱਗੇ ਹੋਏ ਨਾ ਉੱਦਾਂ ਹੀ ਲੱਗੇ ਹੋਏ ਆ, ਠੀਕ ਹੈ ਨਾ? ਉਹਦੇ ਬਾਕੀ ਨਾਲ ਥੋੜ੍ਹਾ ਬਹੁਤਾ ਹੋਰ ਕੱਪੜੇ ਦਾ ਵੀ ਸਮਾਨ ਪਿਆ ਸੀਗਾ, ਠੀਕ ਹੈ ਨਾ? ਉਹਦੇ ਨਾਲ ਹੁਣ ਉੱਪਰ ਜਾਵਾਂਗੇ, ਜਾ ਕੇ ਹਨੇਰੇ ਪਤਾ ਲੱਗੇਗਾ ਹੋਰ ਕੀ ਹੋਇਆ, ਠੀਕ ਹੈ ਨਾ? ਕੋਈ ਭਾਈ ਵੁੱਡਵਰਕ ਵੀ ਆ ਨਾ ਨਾਲ, ਬਾਕੀ ਚੀਜ਼ਾਂ ਵੀ ਤਾਂ ਹੈਗੀਆਂ। ਤਾਂ ਹੁਣ ਸਟੋਕ ਉੱਪਰ ਜਿਹੜਾ ਹੈਗਾ ਉਹ ਜਾ ਕੇ ਦੇਖਾਂਗੇ ਕਿਸ ਕਿਸ ਚੀਜ਼ ਨਾਲ ਹੋਇਆ, ਉਹ ਦੇਖ ਕੇ ਪਤਾ ਲੱਗੇਗਾ। ਇਨਫੋਰਮੇਸ਼ਨ ਮਿਲੀ ਸੀ ਕਿ ਕੋਲੀ ਫਲੈਕਸ ਬੋਰਡ ਬਣਾਉਂਦੇ ਨੇ, ਉਹਨਾਂ ਦਾ ਕੋਈ ਗਡਾਊਨ ਹੈ ਉੱਪਰ, ਕੋਈ ਸ਼ਾਰਟ ਸਰਕਟ ਹੋਣ ਕਰਕੇ ਉਹਦੇ ਵਿੱਚ ਕੋਈ ਅੱਗ ਉੱਗ ਲੱਗੀ ਆ, ਪਰ ਹਲੇ ਉਹਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਬਰੀਕੀ ਨਾਲ ਕਿ ਗੱਲ ਹੋਈ ਕੀ ਹੈ। ਇਸ ਸਟੇਜ 'ਤੇ ਆਪਾਂ ਕੁਛ ਨਹੀਂ ਕਹਿ ਸਕਦੇ। ਆਫਟਰ ਇੱਕ ਰਿਹਾਇਸ਼ੀ ਏਰੀਆ ਹੈਗਾ, ਕਾਫੀ ਗਲੀਆਂ ਵੀ ਤੰਗ ਹੈਗੀਆਂ ਨੇ, ਪਰ ਇੱਦਾਂ ਦੀ ਜਗ੍ਹਾ 'ਤੇ ਇੱਦਾਂ ਦਾ ਗੋਦਾਮ ਹੋਣਾ? ਇਨਫੋਰਮੇਸ਼ਨ ਹੈ ਨਹੀਂ ਨਾ, ਉਹ ਚੈੱਕ ਕਰ ਲਾਂਗੇ। ਬ੍ਰਦਰ ਉਹ ਦੇਖਦੇ ਹੁਣ ਥੋੜ੍ਹਾ ਇਨਕੁਆਇਰੀ, ਹਲੇ ਉਹ ਦੇਖਦੇ ਹਾਂ ਨਾ ਉੱਪਰ ਜਾ ਕੇ ਕੀ ਹੈ, ਕੀ ਹੈ ਫਲੈਕਸ ਬੋਰਡ ਸੀ ਜਾਂ ਕੀ ਹੈ। ਇਨਫੋਰਮੇਸ਼ਨ ਕਿਸੇ ਨੇ ਦਿੱਤੀ ਨਹੀਂ ਹੈ, ਉਹ ਤਾਂ ਉਹਦੀ ਸਾਨੂੰ ਨਹੀਂ ਪਤਾ ਲੱਗਿਆ ਕਿ ਇਹਨੂੰ ਅੱਗ ਲੱਗ ਗਈ ਹੈ, ਉੱਥੇ ਫਲੈਕਸ ਬੋਰਡ ਸੀ, ਸ਼ਾਰਟ ਸਰਕਟ ਹੋਇਆ। ਉਹ ਹੁਣ ਇਨਕੁਆਇਰੀ ਕਰਕੇ ਦੇਖਦੇ ਕੀ ਹੈ ਕੀ ਹੈ, ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਗੋਡਾਊਨ ਹੈ ਕਿ ਨਹੀਂ ਹੈ। ਜੇ ਕੋਈ ਗਲਤੀ ਪਾਈ ਜਾਂਦੀ ਹੈ ਪੋਸਟ ਕਾਰਵਾਈ, ਉਹ ਐਸ ਪਰ ਲਾਅ ਦੇਖਾਂਗੇ, ਜੇ ਕੋਈ ਗਲਤੀ ਪਾਇਆ ਜਾਂਦਾ ਐਸ ਪਰ ਲਾਅ ਜੋ ਕਾਰਵਾਈ ਹੋਊਗੀ ਕਰ ਲਵਾਂਗੇ। ਸਾਨੂੰ 5:10 'ਤੇ ਫੋਨ ਆਇਆ ਕਿ ਮੰਡੀ ਰੋਡ ਅੱਗ ਲੱਗੀ ਹੈ। ਅਸੀਂ ਦਮੋਰੀ ਪੁੱਲ ਪਹਿਲਾਂ ਕੱਢ ਦਿੱਤੀ, ਹੈਡਕੁਆਟਰ ਤੋਂ ਟਰਨ ਰੋਡ ਇੱਕ ਗੱਡੀ ਕੱਢ ਦਿੱਤੀ, ਇੱਕ ਦਾਦਾ ਕਲੋਨੀ ਤੋਂ ਗੱਡੀ ਮੰਗਾਈ, 3 ਗੱਡੀਆਂ ਸਾਡੀਆਂ ਆਈਆਂ। ਅੱਗ 3 ਮੰਜ਼ਿਲ 'ਤੇ ਸੀਗੀ, ਬਾਹਰੋਂ ਵੀ ਪੌੜੀ ਲਾਈ ਅਤੇ ਅੰਦਰੋਂ ਵੀ ਪੌੜੀ ਲਾ ਕੇ ਅਤੇ ਅੱਗ ਬੁਝਾ ਦਿੱਤੀ ਗਈ ਹੈ। ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੈ। ਅੱਗ ਤਾਂ ਕਾਫੀ ਸੀਗੀ, ਬੋਰਡ ਬਣਦੇ, ਫਲੈਕਸਾਂ ਬਣਦੀ ਇਹਨਾਂ ਦੀ। ਕਿੱਥੇ ਕਰਕੇ ਅੱਗ ਲੱਗੀ? ਇਹ 3 ਮੰਜ਼ਿਲ 'ਤੇ ਮੰਡੀ ਰੋਡ ਬਾਰਦਾਨਾ ਬਾਜ਼ਾਰ ਦੇ ਕੋਲ। ਨਹੀਂ, 3 ਗੱਡੀਆਂ। ਇਹ ਬਾਰਦਾਨਾ ਸੀਗਾ ਜੀ, ਬੋਰਡ ਬਣਦੇ ਆ ਜੀ। ਬਿਊਰੋ ਰਿਪੋਰਟ 2 ਸਕੂਲ।